हवेली किन्ने साल पुरानी हैगी है? ए हवेली अबाउट एटलीस्ट 150 इयर्स ओल्ड। अच्छा, ए दिस वाज द फ्रंट एंट्रेंस जिथे कहिंदे ना कि आंदे सी बाहर दे आंदे ते प्राइवेसी हुंदी, बाहर आगे इत्थे मिलनी। ਉਹ ਫਿਰ ਜਦੋਂ ਫੋਰਨਰ ਇੱਥੇ ਆਉਂਦੇ ਨੇ ਫੀਲ ਚਾਹੀਦੀ ਹੈ, ਪਿੰਡ ਦੀ ਫੀਲ ਚਾਹੀਦੀ ਹੈ, ਉਹਨਾਂ ਨੂੰ ਦੇਖਣਾ ਕਿ ਪਿੰਡਾਂ ਵਿੱਚ ਰਹਿੰਦੇ ਕਿਸ ਤਰ੍ਹਾਂ, ਉਹਨਾਂ ਨੂੰ ਫਰੈਸ਼ ਏਅਰ ਚਾਹੀਦੀ ਹੈ, ਉਹਨਾਂ ਨੂੰ ਸ਼ਹਿਰਾਂ ਦੇ ਫਾਈਵ ਸਟਾਰ ਹੋਟਲਸ ਨਹੀਂ ਚਾਹੀਦਾ, ਖਾਣਾ ਕਿਸ ਤਰ੍ਹਾਂ ਬਣਦਾ, ਉਹ ਚੀਜ਼ ਦੀ ਜਿਹੜੀ ਤਾਜ਼ੀ ਚੀਜ਼ ਤੇ ਜਿਹੜਾ ਕਲਚਰ ਸੀਗਾ ਪੰਜਾਬ ਦਾ ਪਿੰਡਾਂ ਦਾ ਦੇਖਣਾ। ਕਿੰਨੇ ਰੂਮ ਹੈਗੇ ਨੇ ਤੁਹਾਡੇ ਕੋਲ ਇੱਥੇ? ਇੱਥੇ 4 ਬੈਡਰੂਮਸ। ਅੱਛਾ, 4 ਬੈਡਰੂਮਸ ਓਵਰ ਹੇਅਰ ਤੇ 4 ਹੀ ਤੁਹਾਡੇ ਪਿੱਤਰ ਵੀ। ਰੋਟੀ ਪਾਣੀ ਉਹਨਾਂ ਦਾ ਸਾਰਾ ਕੁਝ ਫਿਰ ਤੁਸੀਂ ਪ੍ਰੋਵਾਈਡ ਕਰਵਾਉਂਦੇ ਹੋ? ਹਾਂਜੀ ਬਿਲਕੁਲ, ਕਿਚਨ ਹੈ। ਅੱਛਾ, ਇਹ ਕਿਚਨ ਵੀ ਬਣਾਈ ਹੈ। ਤੋਂ ਸੰਨੀ ਦਿਓਲ ਹੋਣਾ ਦੀ ਇਲੈਕਸ਼ਨ ਸੀਗੀ, ਮੈਨੂੰ ਲੱਗਦਾ ਉਹ ਵੀ ਇਸੇ ਹਵੇਲੀ 'ਚ ਹੀ ਰਹੇ ਸੀਗੇ। ਹਾਂਜੀ ਹਾਂਜੀ। ਰਿਸਕ ਸੀਗਾ, ਲੱਗਦਾ ਸੀਗਾ ਕਿ ਪਿੰਡ ਦੇ ਵਿੱਚ ਅਸੀਂ ਇਹ ਸੈਟਅਪ ਸਾਰਾ ਟੂਰਿਸਟ ਨਹੀਂ ਨਹੀਂ ਪਲੇਸ ਬਣਾ ਰਹੇ ਹਾਂ। ਅਸੀਂ ਜਦੋਂ ਸ਼ੁਰੂ ਕੀਤਾ ਨਾ, ਅਸੀਂ ਕੋਈ ਕਮਰਸ਼ੀਅਲ ਐਂਗਲ ਤੋਂ ਸ਼ੁਰੂ ਨਹੀਂ ਕੀਤਾ ਸੀ। ਅੱਛਾ, ਅਸੀਂ ਜਦੋਂ ਸ਼ੁਰੂ ਕੀਤਾ ਇਮੋਸ਼ਨਲ ਐਂਗਲ ਤੋਂ ਸ਼ੁਰੂ। ਗੁਰਦਾਸਪੁਰ ਦੇ ਨਵਾਂ ਪਿੰਡ ਸਰਦਾਰਾਂ ਦੀਆਂ ਵਿਰਾਸਤੀ ਕੋਠੀਆਂ ਦੀ ਇਸ ਵੇਲੇ ਖੂਬ ਚਰਚਾ ਹੋ ਰਹੀ ਹੈ। ਇਹਨਾਂ ਕੋਠੀਆਂ ਦੇ ਕਾਰਨ ਹੀ ਪਿੰਡ ਨੂੰ ਬੈਸਟ ਟੂਰਿਜ਼ਮ ਵਿਲੇਜ ਦਾ ਅਵਾਰਡ ਮਿਲਿਆ। ਇਸ ਵੇਲੇ ਅਸੀਂ ਇਹਨਾਂ ਕੋਠੀਆਂ ਦੇ ਵਿੱਚ ਹੀ ਮੌਜੂਦ ਹੈਗੇ ਹਾਂ, ਸਾਰੀਆਂ ਤੁਹਾਨੂੰ ਕੋਠੀਆਂ ਦਿਖਾਉਂਦੇ ਹਾਂ। ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਹ 5 ਭੈਣਾਂ ਦੇ ਵੱਲੋਂ ਇਹਨਾਂ ਕੋਠੀਆਂ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਗਿਆ, ਜਿਸ ਦੀ ਬਦੌਲਤ ਅੱਜ ਪਿੰਡ ਨੂੰ ਇਹ ਮਾਣ ਪ੍ਰਾਪਤ ਹੋਇਆ। ਤਾਂ ਇਸ ਵੇਲੇ ਅਸੀਂ ਪੀਪਲ ਹਵੇਲੀ ਦੇ ਵਿੱਚ ਜਿਹੜਾ ਉਹ ਮੌਜੂਦ ਹੈਗੇ ਹਾਂ। 2 ਹਵੇਲੀਆਂ ਹੈਗੀਆਂ ਨੇ ਜਿਸ ਦੇ ਕਾਰਨ ਇਹ ਅਵਾਰਡ ਮਿਲਿਆ ਗਿਆ। ਤਾਂ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ, ਲਗਭਗ 100-150 ਸਾਲ ਇਹ ਪੁਰਾਣੀਆਂ ਹਵੇਲੀਆਂ ਹੈਗੀਆਂ ਨੇ, ਪਰ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਇਹਨਾਂ ਨੂੰ ਮੇਨਟੇਨ ਕੀਤਾ ਹੋਇਆ। ਤਾਂ 5 ਭੈਣਾਂ ਦੇ ਵੱਲੋਂ ਜਿਹੜਾ ਸੀਗਾ ਇਹ ਉਪਰਾਲਾ ਕੀਤਾ ਗਿਆ, ਤਾਂ ਉਸ ਤੋਂ ਬਾਅਦ ਜਾ ਕੇ ਜਿਹੜਾ ਇਹ ਅਵਾਰਡ ਇਹਨਾਂ ਨੂੰ ਮਿਲਦਾ। ਤਾਂ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਇਹ ਹਵੇਲੀਆਂ ਜਿਹੜੀਆਂ ਨੇ ਉਹ ਰੈਨੋਵੇਟ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ। ਕੁਝ ਜਿਹੜਾ ਉਹ ਪੁਰਾਣੀਆਂ ਹੈਗੀਆਂ ਨੇ, ਜਿਵੇਂ 100-150 ਸਾਲ ਪੁਰਾਣੀਆਂ ਹਵੇਲੀਆਂ ਹੈਗੀਆਂ ਨੇ, ਅਤੇ ਉਸੇ ਤਰਜ਼ ਦੇ ਉੱਪਰ ਜਿਹੜਾ ਇਹਨਾਂ ਦੇ ਵੱਲੋਂ ਅੱਗੇ ਇਹਨਾਂ ਨੂੰ ਵਧਾਇਆ ਗਿਆ। ਤਾਂ ਮੈਮ ਸਾਡੇ ਨਾਲ ਮੌਜੂਦ ਹੈਗੇ ਨੇ, ਮੈਮ ਸਵਾਗਤ ਪਹਿਲਾਂ ਤਾਂ ਜਗਬਾਣੀ 'ਤੇ ਤੁਹਾਡਾ। ਥੈਂਕ ਯੂ ਜੀ। ਅੱਛਾ, ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹੁੰਦਾ ਕਿ ਇੱਕ ਤਾਂ ਸਾਨੂੰ ਹਵੇਲੀਆਂ ਦਿਖਾਓ, ਔਰ ਦੂਜਾ ਇਹ ਜਾਣਨਾ ਚਾਹੁੰਦਾ ਕਿ ਕੀ ਇਹਨਾਂ ਦੀ ਖਾਸੀਅਤ ਸੀਗੀ ਕਿ ਬੈਸਟ ਟੂਰਿਜ਼ਮ ਵਿਲੇਜ ਦਾ ਅਵਾਰਡ ਇਸ ਪਿੰਡ ਨੂੰ ਮਿਲਿਆ। ਇਹ 2 ਐਂਗਲ ਨੇ ਜੀ। ਇੱਕ ਤੇ ਜਿਹੜਾ ਸਾਡੇ ਪੁਰਾਣੇ ਘਰ ਨੇ, ਪੁਰਾਣੇ ਐਂਸੈਸਟਰਲ ਹੋਮ ਨੇ, ਇਹ ਜਿੱਥੇ ਤੁਸੀਂ ਖੜੇ ਹੋ ਇਹਦਾ ਜਿਹੜਾ ਫਰੰਟ ਹੈਗਾ ਇਹ ਤੁਸੀਂ ਦੇਖਿਆ, ਇਹ ਤੇ ਇਹਦੇ ਨਾਲ ਜਿਹੜੇ 2 ਕਮਰੇ ਨੇ ਇਹ ਪੁਰਾਣਾ, ਇਹ ਓਰਿਜਿਨਲ ਹੈ। ਜਦੋਂ ਇਹ ਵਿਲੇਜ ਮੇਰੇ ਗ੍ਰੇਟ ਗ੍ਰੈਂਡ ਫਾਦਰ ਦੇ ਫਾਦਰ ਨੇ ਸਰਦਾਰ ਨਾਰਾਇਣ ਸਿੰਘ ਨੇ ਜਦੋਂ ਆਏ ਸੀ ਇੱਥੇ, ਉਹਨਾਂ ਨੇ ਸਭ ਤੋਂ ਪਹਿਲਾਂ ਹਵੇਲੀ ਬਣਾਈ ਸੀ। ਇਹ ਹਵੇਲੀ, ਅੱਛਾ, ਇਹ ਹਵੇਲੀ ਸਿਰਫ ਇਹ ਸੀਗਾ ਪੋਰਸ਼ਨ ਤੇ ਵਾਲਡ ਸੀਗੀ ਜਿੱਥੇ ਉਹ ਆਉਂਦੇ ਸੀ ਸਿੰਘਪੁਰੇ ਤੋਂ। ਅੱਛਾ, ਡੇਰਾ ਬਾਬਾ ਨਾਨਕ ਪਿੰਡ ਹੈ ਉਹਦੇ ਕੋਲ, ਸਿੰਘਪੁਰਾ ਪਿੰਡ ਹੈ ਇੱਕ। ਤੇ ਫਿਰ ਉਹਦੇ ਬਾਅਦ ਉਹਨਾਂ ਦੇ ਅੱਗੇ ਜਿਹੜੇ ਬੇਟੇ ਸੀ ਸਰਦਾਰ ਬਹਾਦਰ ਬੇਅੰਤ ਸਿੰਘ ਜੀ, ਉਹਨਾਂ ਨੇ ਫਿਰ ਉਹਨਾਂ ਨੇ ਡਿਸਾਈਡ ਕੀਤਾ ਤੇ ਸ਼ਿਫਟ ਕਰਨ ਨੂੰ, ਜਦੋਂ ਵੀ ਉਹਨਾਂ ਜੋ ਵੀ ਹਾਲਾਤ ਹੋਣੇ ਜੀ, ਤੇ ਫਿਰ ਉਹਨਾਂ ਨੇ ਉਹ ਕੋਠੀ ਬਣਾਈ। ਅੱਛਾ, ਪਹਿਲਾਂ ਇਹ ਹਵੇਲੀ ਦਾ ਅਗਲਾ ਪੋਰਸ਼ਨ ਸੀਗਾ। ਅੱਛਾ, ਪਹਿਲਾਂ ਅੱਗੇ ਸੀਗਾ, ਇਹ ਬਾਅਦ ਵਿੱਚ ਤੁਸੀਂ ਉਸੇ ਤਰਜ਼ ਦੇ ਉੱਪਰ ਤਿਆਰ ਕੀਤਾ ਹੈ? ਉਹ ਮੇਰੀ ਸਿਸਟਰ ਨੇ ਜੀ, ਗੁਰਮੀਤ ਰਾਏ, ਸ਼ੀ ਇਜ਼ ਅ ਕੰਜ਼ਰਵੇਸ਼ਨ ਆਰਕੀਟੈਕਟ, ਓਕੇ, ਐਂਡ ਵੈਰੀ ਫੇਮਸ, ਡੂਇੰਗ ਵੈਰੀ ਵੈਲ ਫॉर ਹਰਸੈਲਫ। ਉਹਨਾਂ ਨੇ ਫਿਰ ਇਹ ਜਿਹੜੀ ਪਿਛਲਾ ਪੋਰਸ਼ਨ ਤੁਸੀਂ ਦੇਖ ਰਹੇ ਹੋ ਜਿੱਥੇ ਅਸੀਂ ਤੁਰ ਰਹੇ ਹਾਂ, ਇਹ ਨਵਾਂ ਹੈ। ਅੱਛਾ, ਇਹ ਨਵਾਂ ਹੈ। ਇਹ ਨਵਾਂ ਹੈ, ਪਰ ਇਹ ਬਿਲਕੁਲ ਉਸੇ ਲੁੱਕ ਵਿੱਚ ਬਣਾਇਆ ਉਹਨਾਂ ਨੇ। ਤੁਸੀਂ ਦੇਖੋ, ਪਤਾ ਹੀ ਚੱਲਦਾ ਪੁਰਾਣਾ ਹੈ ਨਵਾਂ ਹੈ। ਤੁਸੀਂ ਸਾਰਾ ਕੰਸਟਰਕਸ਼ਨ ਮਟੀਰੀਅਲ ਜੋ ਵੀ ਤੁਹਾਡੀ ਦੂਜੀ ਹਵੇਲੀ ਹੈ ਉਧਰ ਵੀ ਐਵੇਂ ਸੀਗਾ ਸੇਮ? ਹੁਣ ਉਹ ਜਿਹੜਾ ਉਹ ਰਹਿਸ਼ੀ ਸੀਗਾ। ਅੱਛਾ, ਇਹ ਹਵੇਲੀ ਸੀ, ਹਵੇਲੀ ਉਸ ਟਾਈਮ ਹੁੰਦਾ ਜਿੱਥੇ ਉਹਨਾਂ ਦਾ ਘੋੜੇ ਰੱਥ ਮੱਝਾਂ ਗਾਵਾਂ ਇੱਥੇ ਬੰਨਦੇ ਸੀ, ਸਾਰਾ ਇਕੁਇਪਮੈਂਟ ਇੱਥੇ ਰੱਖਦੇ ਸੀ ਤੁਹਾਡਾ ਫਾਰਮਿੰਗ ਦਾ।
ਉਹ ਇੱਥੇ ਹੁੰਦਾ ਸੀਗਾ ਉਹ ਰਹਿਸ਼ੀ ਸੀਗਾ ਅੱਛਾ ਉਹ ਜਦੋਂ ਉਹਨਾਂ ਨੇ ਲਾਈਕ ਆਈ ਟੋਲਡ ਯੂ ਮੇਰੀ ਸਿਸਟਰ ਇਜ਼ ਅ ਕੰਜ਼ਰਵੇਸ਼ਨ ਆਰਕੀਟੈਕਟ ਉਹਨਾਂ ਨੇ ਫਿਰ ਆਬਵੀਅਸ ਉਹਨਾਂ ਦੀ ਜਿਹੜੀ ਸਾਰੀ ਸਪੈਸ਼ਲਿਟੀ ਹੀ ਇਹੀ ਹੈ ਉਹਨਾਂ ਜਦੋਂ ਇਹ ਬਣਾਇਆ ਸਾਰਾ ਕੰਸੈਪਟ ਉਹਨਾਂ ਦਾ ਮਤਲਬ ਥੋਟ ਪ੍ਰੋਸੈਸ ਹੀ ਅੱਡ ਹੈ ਮੈਂ ਤਾਂ ਇਫ ਆਈ ਡਿਸਕ੍ਰਾਈਬ ਆਲਸੋ ਆਈ ਵਿਲ ਨੋਟ ਬੀ ਵੈਰੀ ਫੇਅਰ ਟੂ ਹਰ ਵਟ ਸ਼ੀ ਨੋਜ਼ ਵਟ ਸ਼ੀ ਇਜ਼ ਡਨ ਤੇ ਆਬਵੀਅਸਲੀ ਤੁਸੀਂ ਦੇਖੋ ਸਿਮਿਲੈਰਿਟੀ ਕਿੰਨੀ ਹੈ ਇਹ ਸਾਰਾ ਕੁਛ ਉਹਨਾਂ ਨੇ ਕੀਤਾ ਤੇ ਪਰ ਕੋਠੀ ਇਜ਼ ਦਾ ਓਰੀਜਨਲ ਅੱਛਾ ਉਹ ਬਿਲਕੁਲ ਸੇਮ ਓਰੀਜਨਲ ਹੈ ਉਹ ਓਰੀਜਨਲ ਅੱਛਾ ਆਪਾਂ ਅੰਦਰ ਦੇਖਦੇ ਹਾਂ ਕਿ ਕਮਰੇ ਵੀ ਜਿਵੇਂ ਤੁਸੀਂ ਬਣਾਏ ਹੋਏ ਨੇ ਤਾਂ ਇੱਥੇ ਫਿਰ ਟੂਰਿਸਟ ਆਉਂਦੇ ਨੇ ਕਿਹੜੇ ਲੋਕ ਜ਼ਿਆਦਾ ਆਉਂਦੇ ਨੇ ਇੱਥੇ ਠਹਿਰਦੇ ਨੇ ਕੋਠੀ ਵਿੱਚ ਆਉਂਦੇ ਇਹ ਤੇ ਹੁਣ ਪਿੱਪਲ ਹਵੇਲੀ ਨੂੰ ਸ਼ੁਰੂ ਕੀਤੇ ਵੀ ਲੱਗਦਾ ਹੁਣ ਸਾਲ ਹੀ ਹੋਇਆ ਅੱਛਾ ਇੱਥੇ ਪਰ ਓਰੀਜਨਲ ਤੇ ਕੋਠੀ ਤੋਂ ਸ਼ੁਰੂ ਕੀਤਾ ਸੀ ਠੀਕ ਹੈ ਤੇ ਜਦੋਂ ਸ਼ੁਰੂ ਕੀਤਾ ਅਬਾਊਟ 12 13 ਇਅਰਸ ਬੈਕ ਜੀ ਮੇਰੀ ਨੰਬਰ 3 ਸਿਸਟਰ ਸੀ ਉਹਨਾਂ ਦਾ ਜ਼ਿਆਦਾ ਉਹਦੇ 'ਚ ਇਨਪੁਟ ਹੈਗਾ ਅਮਰੀਕਾ ਨੇ ਉਹਨਾਂ ਨੇ ਸਾਰੀ ਬੁਕਿੰਗ ਉਹਨਾਂ ਨੇ ਸਾਰਾ ਕੁਝ ਦੇਖਣਾ ਉਹ ਉਹਨਾਂ ਨੇ ਸ਼ੁਰੂ ਕੀਤਾ ਮੇਰੇ ਮਦਰ ਨਾਲ ਮਿਲ ਕੇ ਅੱਛਾ ਇਹ ਜਿਵੇਂ ਤੁਸੀਂ ਪ੍ਰੋਜੈਕਟ ਫਿਰ ਬਣਾਇਆ ਇੱਥੇ ਪਿੰਡ ਦੇ ਵਿੱਚ ਸਭ ਤੋਂ ਵੱਡਾ ਰਿਸਕ ਵੀ ਹੋ ਜਾਂਦਾ ਕਿ ਇੰਨਾ ਤੁਸੀਂ ਇਨਵੈਸਟ ਵੀ ਇਹਦੇ ਉੱਪਰ ਕਰਤਾ ਐਡੇ ਸ਼ਾਨਦਾਰ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿ ਸਾਰਾ ਇਹ ਵਿਰਾਸਤੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਇਹਦੇ ਉੱਪਰ ਲਾਈਆਂ ਨੇ ਰਿਸਕ ਸੀਗਾ ਲੱਗਦਾ ਸੀਗਾ ਕਿ ਪਿੰਡ ਦੇ ਵਿੱਚ ਅਸੀਂ ਇਹ ਸੈਟਅਪ ਸਾਰਾ ਟੂਰਿਜ਼ਮ ਪਲੇਸ ਬਣਾ ਰਹੇ ਹਾਂ ਅਸੀਂ ਜਦੋਂ ਸ਼ੁਰੂ ਕੀਤਾ ਨਾ ਅਸੀਂ ਕੋਈ ਕਮਰਸ਼ੀਅਲ ਐਂਗਲ ਤੋਂ ਸ਼ੁਰੂ ਨਹੀਂ ਕੀਤਾ ਸੀ ਅੱਛਾ ਅਸੀਂ ਜਦੋਂ ਸ਼ੁਰੂ ਕੀਤਾ ਇਮੋਸ਼ਨਲ ਐਂਗਲ ਤੋਂ ਸ਼ੁਰੂ ਕੀਤਾ ਫਾਦਰ ਮੇਰੇ ਫਾਦਰ ਨਾਲ ਬਜ਼ੁਰਗਾਂ ਨਾਲ ਜਿਹੜਾ ਸਾਡਾ ਲਗਾਵ ਹੈ ਨਾ ਅਸੀਂ ਸ਼ੁਰੂ ਕੀਤਾ ਉਹ ਸੋਚ ਕੇ ਅੱਛਾ ਸ਼ੁਰੂ ਅਸੀਂ ਉੱਥੋਂ ਕੀਤਾ ਸੀ ਅਸੀਂ ਕਦੇ ਕਮਰਸ਼ੀਅਲ ਐਂਗਲ ਸੋਚਿਆ ਹੀ ਨਹੀਂ ਉਹ ਤੇ ਬਾਅਦ ਆਈਡੀਆ ਆਇਆ ਕਿ ਚਲੋ ਅਸੀਂ ਇਹਨੂੰ ਐਜ਼ ਅ ਕਮਰਸ਼ੀਅਲ ਵਿਸ਼ ਕਰ ਲਈਏ ਕਿਉਂਕਿ ਐਂਡ ਆਫ ਫਿਰ ਥੋੜੀ ਮੈਂਟੇਨੈਂਸ ਰਹਿੰਦੀ ਹੈ ਹੁਣ ਦੇਖੋ ਮੇਰੀ ਸਿਸਟਰ ਨੇ ਗੁਰਮੀਤ ਦਿੱਲੀ ਰਹਿੰਦੇ ਨੇ ਅੱਛਾ ਹੁਣ ਜਦੋਂ ਸਟਾਫ ਹੈਗਾ ਸਫਾਈਆਂ ਰੱਖੋ ਜਦੋਂ ਤੁਸੀਂ ਕੋਈ ਗੈਸਟ ਆਊਗਾ ਆਟੋਮੈਟਿਕਲੀ ਸਫਾਈਆਂ ਹੋ ਜਾਂਦੀਆਂ ਬਿਲਕੁਲ ਪਰ ਜਦੋਂ ਪ੍ਰੋਜੈਕਟ ਸ਼ੁਰੂ ਕੀਤਾ ਉਸ ਟਾਈਮ ਐਜ਼ ਅ ਕਮਰਸ਼ੀਅਲ ਪ੍ਰੋਜੈਕਟ ਹੀ ਸ਼ੁਰੂ ਕੀਤਾ ਅੱਛਾ ਇਹ ਜਿਵੇਂ ਦਰਵਾਜ਼ੇ ਨੇ ਇਹ ਬਹੁਤ ਪੁਰਾਣੇ ਨੇ ਹੈ ਹੀ ਪੁਰਾਣੇ ਅੱਛਾ ਇਹ ਲਾਈ ਤੁਸੀਂ ਪੁਰਾਣੇ ਨੇ ਇਹ ਲਾਈ ਪੁਰਾਣੇ ਅੱਛਾ ਇਹ ਹਵੇਲੀ ਨੂੰ ਲੱਗੇ ਹੋਏ ਸੀਗੇ ਪਹਿਲੇ ਨਹੀਂ ਇਹ ਮੇਰੇ ਸਿਸਟਰ ਦੇਖੋ ਅਗਲਾ ਹਾਂ ਉਹਨਾਂ ਨੇ ਇਕੱਠਾ ਕੀਤਾ ਸਾਰਾ ਸਮਾਨ ਅੱਛਾ ਸਾਰਾ ਸਮਾਨ ਇਕੱਠਾ ਕੀਤਾ ਇਹ ਓਰੀਜਨਲ ਪੁਰਾਣੇ ਦਰਵਾਜ਼ੇ ਨੇ ਹੁਣ ਉਹਨਾਂ ਨੇ ਕਿੱਥੋਂ ਇਕੱਠੇ ਕੀਤਾ ਉਹ ਮੈਨੂੰ ਨਹੀਂ ਡਿਟੇਲ ਪਤਾ ਅੱਛਾ ਇਹ ਹੈ ਹੀ ਪੁਰਾਣਾ ਹਾਂ ਅੱਛਾ ਇਹ ਫਿਰ ਜਿਵੇਂ ਤੁਸੀਂ ਦੱਸਿਆ ਉਹ ਹਵੇਲੀ ਤੁਸੀਂ ਖੁਦ ਵੀ ਹਨਾ ਦਿੱਲੀ ਜੋਬ ਕਰਦੇ ਹੋ ਫਿਰ ਇਹ ਹਵੇਲੀਆਂ ਦੇ ਨਾਲ ਲਗਾ ਸੀਗਾ ਸ਼ੁਰੂ ਤੋਂ ਇੱਥੇ ਹੀ ਰਹਿੰਦੇ ਸੀਗੇ ਤੁਸੀਂ ਇਹਨਾਂ 'ਚ ਨਹੀਂ ਅਸੀਂ ਗਰਮੀਆਂ ਸਰਦੀਆਂ ਛੁੱਟੀਆਂ ਹੁੰਦੇ ਸੀ ਛੋਟੇ ਹੁੰਦੇ ਅੱਛਾ ਹੈਨਾ ਤੇ ਹੁਣ ਉਸੇ ਮਨ ਸਾਰੇ ਜੈਸਾ ਤੁਸੀਂ ਹੋ ਤੁਸੀਂ ਆਪਣੇ ਪ੍ਰੋਫੈਸ਼ਨਲ ਲਾਈਫ ਵਿੱਚ ਇੰਨੇ ਬਿਜ਼ੀ ਰਹਿੰਦੇ ਹੋ ਤੇ ਤੁਹਾਡੇ ਬੱਚੇ ਜੋ ਸਕੂਲ ਕਾਲਜ ਹੁੰਦੇ ਆ ਉਹਦੇ 'ਚ ਤੁਸੀਂ ਬਿਜ਼ੀ ਰਹਿੰਦੇ ਹੋ ਟਾਈਮ ਨਹੀਂ ਲੱਭਦਾ ਪਰ ਜਦੋਂ ਤੁਸੀਂ ਥੋੜ੍ਹੇ ਵਿਹਲੇ ਹੋ ਜਾਂਦੇ ਹੋ ਨਾ ਤੁਹਾਡੇ ਇੱਕ ਲੈਵਲ ਆ ਜਾਂਦਾ ਫਿਰ ਹੁੰਦਾ ਕਿ ਐਂਡ ਆਫ ਦਾ ਡੇ ਤੁਸੀਂ ਆਪਣੀ ਲਾਈਫ ਕਿੱਥੇ ਬਿਤਾਉਣੀ ਹੈ ਮਤਲਬ ਕਨੈਕਸ਼ਨ ਕਿੱਥੇ ਹੈ ਮੇਰਾ ਦਿੱਲੀ ਤਾਂ ਹੈ ਨਹੀਂ ਮੈਨੂੰ ਆਉਣਾ ਤਾਂ ਮੈਂ ਤਾਂ ਪਿੰਡ ਹੀ ਆਉਣਾ ਅੱਛਾ ਹੁਣ ਮੈਂ ਵੀ ਇੱਥੇ ਹੁਣ ਮੈਂ ਬਾਈ ਦੇ ਵੀ ਹੋਰ ਵੀ ਗੱਲ ਦੱਸ ਦਿੰਦੀ ਹਾਂ ਕਿ ਮੈਂ ਵੀ ਆਪਣਾ ਘਰ ਬਣਾਇਆ ਪਰ ਉਹ ਨਾ ਪਿੱਪਲ ਹਵੇਲੀ ਚਾਹੁੰਦਾ ਨਾ ਉਹ ਕੋਠੀ ਚਾਹੁੰਦਾ ਅੱਛਾ ਮੇਰੀ ਵੀ ਉੱਥੇ ਇਨਵੈਸਟਮੈਂਟ ਹੋਈ ਹੈ ਬਹੁਤ ਤਗੜੀ ਮੈਂ ਆਪਣੀ ਚਾਚੀ ਜੀ ਤੋਂ ਆਪਣਾ ਹਿੱਸਾ ਇੱਕ ਉਹਨਾਂ ਦਾ ਉਹਨਾਂ ਵੇਚ ਰਹੇ ਸੀ ਮੇਰੀ ਚਾਚੀ ਮੈਂ ਉਹਨਾਂ ਨੂੰ ਲੈ ਲਿਆ ਮੈਂ ਕਿਹਾ ਮੈਂ ਆਪਣਾ ਪ੍ਰਾਈਵੇਟ ਰੈਜ਼ੀਡੈਂਸ਼ੀਅਲ ਬਣਾਉਣਾ ਉਹ ਤੇ ਮੈਂ ਉਹਨੇ ਨਾ ਪਿੱਪਲ ਹਵੇਲੀ 'ਚ ਇੰਕਲੂਡਿਡ ਹੈ ਨਾ ਕੋਠੀ 'ਚ ਅੱਛਾ ਪਰ ਉਹ ਵੀ ਮੇਰੀ ਇਨਵੈਸਟਮੈਂਟ ਹੈ ਕੋਈ ਕਮਰਸ਼ੀਅਲ ਐਂਗਲ ਤਾਂ ਹੈ ਹੀ ਨਹੀਂ ਉਸ ਤਰ੍ਹਾਂ ਹੀ ਇਹ ਵੀ ਜਦੋਂ ਮੇਰੀ ਸਿਸਟਰ ਨੇ ਬਣਾਇਆ ਕੋਈ ਰੈਜ਼ੀਡੈਂਸ ਆਪਣਾ ਸੋਚ ਕੇ ਬਣਾਇਆ ਕਿ ਮੈਨੂੰ ਆਪਣੇ ਐਂਸੈਸਟਰਲ ਵਿਲੇਜ ਵਿੱਚ ਰਹਿਣਾ ਹੈ ਅਸੀਂ ਸਾਡੇ ਉੱਥੇ ਰੂਟਸ ਹੈਗੇ ਠੀਕ ਹੈ ਪਰ ਕਮਰਸ਼ੀਅਲ ਐਂਗਲ ਕਦੇ ਨਹੀਂ ਸੋਚਿਆ ਕਮਰਸ਼ੀਅਲ ਐਂਗਲ ਹੁਣ ਪਿਛਲੇ ਥੋੜੇ ਸਾਲਾਂ 'ਚ ਆਇਆ ਨਹੀਂ ਠੀਕ ਹੈ ਚਲੋ ਇਹ ਵੀ ਜ਼ਰੂਰੀ ਮੈਨੂੰ ਲੱਗਦਾ ਕਿ ਇੱਕ ਤਾਂ ਵਿਰਾਸਤ ਦੇ ਨਾਲ ਸਾਂਭ ਕੇ ਰੱਖ ਲੈਂਦੇ ਹਾਂ ਅੱਛਾ ਇਹ ਤਾਂ ਤੁਸੀਂ ਨਵੀਂ ਤਿਆਰ ਕਰ ਲਈ ਆਪਾਂ ਚਲੀਏ ਦੂਜੀ ਕੋਠੀ ਦੇਖੀਏ ਚੱਲ ਕੇ ਉੱਧਰ ਦੇਖਦੇ ਹਾਂ ਅੱਛਾ ਮੈਮ ਇਹ ਹਵੇਲੀ ਕਿੰਨੇ ਸਾਲ ਪੁਰਾਣੀ ਹੈਗੀ ਹੈ ਇਹ ਹਵੇਲੀ ਅਬਾਊਟ ਐਟਲੀਸਟ 150 ਇਅਰਸ ਓਲਡ ਅੱਛਾ ਹਾਂਜੀ ਇਹ ਰਹਿਸ਼ੀ ਸੀਗਾ ਹਾਂ ਸਾਰਾ ਇੱਥੋਂ ਸ਼ੁਰੂ ਕੀਤਾ ਸੀ ਇਹ ਦਿਸ ਵਾਸ ਦੀ ਫਰੰਟ ਐਂਟਰੈਂਸ ਇੱਥੇ ਕਹਿੰਦੇ ਨਾ ਕਿ ਆਉਂਦੇ ਸੀ ਬਾਹਰ ਦੇ ਆਉਂਦੇ ਤੇ ਹਾਂ ਪ੍ਰਾਈਵੇਸੀ ਹੁੰਦੀ ਬਾਹਰ ਆ ਕੇ ਇੱਥੇ ਮਿਲ ਲੈ ਹਾਂ ਅੱਛਾ ਇੱਕ ਘਰ ਦਾ ਮੇਨ ਐਂਟਰੈਂਸ ਇਹੀ ਸੀਗਾ ਪੂਰੇ ਘਰ ਦਾ ਪਿੱਛੇ ਤੱਕ ਜਿਹੜਾ ਸੀ ਅੱਛਾ ਇਹ ਵੀ ਕੀਤਾ ਤੁਸੀਂ ਰੈਨੋਵੇਟ ਕਿ ਸਾਰਾ ਪੁਰਾਣਾ ਹੀ ਹੈ ਸੇਮ ਜੋ ਪਹਿਲਾਂ ਸੀਗਾ 150 ਸਾਲ ਪਹਿਲਾਂ ਦਾ ਸੀਗਾ ਉਵੇਂ ਰੱਖਿਆ ਤੁਸੀਂ ਇਹਨੂੰ ਇਵਨ ਦ ਫਰਸ਼ ਉਸ ਤਰ੍ਹਾਂ ਅਸੀਂ ਫਰਸ਼ ਵੀ ਨਹੀਂ ਹੱਥ ਲਾਇਆ ਜੇ ਟੋੜੀ ਟੁੱਟੀ ਭੱਜੀ ਸੀ ਉਹਨੂੰ ਨਹੀਂ ਹੱਥ ਲਾਇਆ ਬੜੀ ਮਜ਼ਬੂਤੀ ਹੈ ਮੈਨੂੰ ਲੱਗਦਾ ਕਿ ਪੁਰਾਣੀਆਂ ਚੀਜ਼ਾਂ ਦੇ ਵਿੱਚ ਸਾਰਾ ਪੁਰਾਣਾ ਤੇ ਇਹ ਮੇਰੇ ਇਹ ਸਰਦਾਰ ਨਰਾਇਣ ਸਿੰਘ ਨੇ ਅੱਛਾ ਜੀ ਇਹ ਮਤਲਬ ਇਹ ਹੀ ਦ ਵਨ ਹੂ ਫਾਊਂਡਡ ਦ ਵਿਲੇਜ ਬੇਸਿਕਲੀ ਜਿਹੜਾ ਤੁਸੀਂ ਹਵੇਲੀ ਦੇਖ ਕੇ ਆਏ ਹੋ ਇਹਨਾਂ ਨੇ ਸ਼ੁਰੂ ਕੀਤੀ ਅੱਛਾ ਇਹਨਾਂ ਸ਼ੁਰੂ ਕੀਤੀ ਸੀ ਫਿਰ ਇਹ ਇਹਨਾਂ ਦੇ ਬੇਟੇ ਨੇ ਸਰਦਾਰ ਬਹਾਦਰ ਬੇਨ
ਗੱਲ ਸੀ ਇਹਨਾਂ ਨੇ ਇਹ ਘਰ ਬਣਾਉਣਾ ਸ਼ੁਰੂ ਕੀਤਾ ਠੀਕ ਹੈ ਇਹ ਮੇਰੇ ਗ੍ਰੈਂਡਫਾਦਰ ਮੇਰੇ ਦਾਦਾ ਜੀ ਅੱਛਾ ਤੇ ਉਹ ਪਿਕਚਰ ਮੇਰੇ ਫਾਦਰ ਦੀ ਹੈ ਇਹ ਮੇਰੇ ਫਾਦਰ ਦੀ ਫੋਟੋ ਹੈ ਇਹ ਤੋਂ ਉਹ ਵੱਡੀ ਤੁਸੀਂ ਦੇਖੋ ਠੀਕ ਹੈ ਅੱਛਾ ਇਹ ਫਿਰ ਉਦੋਂ ਹੀ ਪਿੰਡ ਵੀ ਇਹਨਾਂ ਨੇ ਜਿਹੜਾ ਸੀਗਾ ਉਹ ਵਸਾਇਆ ਇੱਥੇ ਆ ਕੇ ਫਿਰ ਤੇ ਜਿਹੜੇ ਮੇਰੇ ਗ੍ਰੇਟ ਗ੍ਰੈਂਡਫਾਦਰ ਸੀ ਸਰਦਾਰ ਬ੍ਰੰਦ ਸਿੰਘ ਹੀ ਵਾਸ ਦਾ ਫਾਊਂਡਰ ਆਫ ਦਾ ਕੋਆਪਰੇਟਿਵ ਬੈਂਕਸ ਅੱਛਾ ਤੁਸੀਂ ਹੁਣੇ ਵੀ ਕੋਈ ਕੋਆਪਰੇਟਿਵ ਬੈਂਕ ਜਾਓਗੇ ਗੁਰਦਾਸਪੁਰ ਇਹਨਾਂ ਦੀ ਫੋਟੋ ਲੱਗੀ ਹੋਈ ਉੱਥੇ ਓਕੇ ਰਾਈਟ ਦਾ ਫਾਊਂਡਰ ਹਾਂ ਅੱਛਾ ਫਿਰ ਟੂਰਿਸਟ ਜਦੋਂ ਆਉਂਦੇ ਨੇ ਤੁਹਾਡੇ ਕੋਲ ਹਾਂਜੀ ਇਸ ਹਵੇਲੀ 'ਚ ਜ਼ਿਆਦਾ ਰਹਿਣਾ ਪ੍ਰੈਫਰ ਕਰਦੇ ਨੇ ਕਿ ਉੱਧਰ ਦੇਖੋ ਹੁਣੇ ਤੇ ਲਾਈਕ ਆਈ ਸੈਡ ਕਿ ਉਹ ਸਾਲ ਪਰ ਪਹਿਲਾਂ ਹੀ ਸ਼ੁਰੂ ਕੀਤਾ ਠੀਕ ਹੈ ਤੇ ਹੁਣ ਉਹਨਾਂ ਦਾ ਪਹਿਲਾ ਵਿੰਟਰ ਆਣਾ ਹੈ ਹਾਂ ਜਦੋਂ ਉਹਨੇ ਟੂਰਿਸਟ ਦਾ ਉਸ ਹਵੇਲੀ ਦਾ ਹੁੰਦਾ ਠੀਕ ਹੈ ਫਸਟ ਸੀਜ਼ਨ ਲਾ ਲਓ ਫਸਟ ਸੀਜ਼ਨ ਲਾ ਲਓ ਠੀਕ ਹੈ ਸਮਰ ਵਿੱਚ ਆਏ ਨੇ ਪਰ ਇੰਨਾ ਨਹੀਂ ਸ਼ੁਰੂ ਤੇ ਇੱਥੋਂ ਹੀ ਹੋਇਆ ਸੀ ਕਨਸੈਪਟ ਠੀਕ ਹੈ ਅੱਛਾ ਇਹ ਜਿਵੇਂ ਦਰਵਾਜ਼ੇ ਨੇ ਇਹ ਵੀ ਪਹਿਲੇ ਨੇ ਦੇਖੋ ਇਹ ਜਿਹੜਾ ਦਰਵਾਜ਼ਾ ਇਹ ਵਾਲਾ ਇਹ ਪੁਰਾਣਾ ਇਹ ਹਵੇਲੀ ਇੱਕ ਪਾਸੇ ਦਾ ਤੂੜੀ ਉਹਨੇ ਦੁਕਾਨ ਤੂੜੀ ਵਾਲਾ ਕਮਰਾ ਹੁੰਦਾ ਸੀ ਅੱਛਾ ਇਹ ਉਹਦਾ ਲਾਗਲਾ ਉਹਦਾ ਦਰਵਾਜ਼ਾ ਸੀ ਅੱਛਾ ਉੱਥੋਂ ਲਾ ਕੇ ਇੱਥੇ ਲਾਇਆ ਹਾਂ ਅੱਛਾ ਇਹ ਫਿਰ ਖਿਆਲ ਕਿਵੇਂ ਆਉਂਦਾ ਸੀਗਾ ਜਦੋਂ ਤੁਸੀਂ ਬਾਹਰ ਰਹਿੰਦੇ ਸੀਗੇ ਹਨਾ ਬੜੀ ਇੰਟਰਸਟਿੰਗ ਜੀ ਗੱਲ ਹੈ ਕਿ ਤੁਸੀਂ ਪੰਜਾਂ ਭੈਣਾਂ ਨੇ ਉਪਰਾਲਾ ਇਹ ਕੀਤਾ ਇੱਕ ਕੀ ਲੱਗਦਾ ਸੀਗਾ ਜਦੋਂ ਇੱਥੇ ਆਉਂਦੇ ਸੀਗੇ ਸਕੂਨ ਮਿਲਦਾ ਸੀਗਾ ਆਈਡੀਆ ਕਿਵੇਂ ਆਉਂਦਾ ਸੀਗਾ ਕਿ ਪੁਰਾਣਾ ਸਮਾਨ ਲੋਕੀ ਤਾਂ ਪੁਰਾਣੇ ਦਰਵਾਜ਼ੇ ਲਾ ਕੇ ਨਵੇਂ ਲਾਉਂਦੇ ਨੇ ਤੁਸੀਂ ਧੂੜੀ ਵਾਲੇ ਕਮਰਿਆਂ ਦੇ ਵਿੱਚੋਂ ਕੱਢ ਕੇ ਦੁਬਾਰਾ ਇੱਥੇ ਲਾਏ ਦੇਖੋ ਮੈਂ ਤੁਹਾਨੂੰ ਫਿਰ ਕਹਿ ਰਹੀ ਹਾਂ ਮਾਈ ਸਿਸਟਰ ਬਿਟਵੀਨ ਮੇਰੀ ਸਿਸਟਰ ਤੇ ਇੱਕ ਆਰਕੀਟੈਕਟ ਨੇ ਉਹਨਾਂ ਦਾ ਜਿਹੜਾ ਡਿਜ਼ਾਈਨ ਹੈਗਾ ਮੋਰ ਅਟੈਚ ਟੂ ਪੁਰਾਣਾ ਲੁੱਕ ਅੱਛਾ ਉਹਨੂੰ ਕਿਸਾ ਰੱਖੀ ਉਹਨੂੰ ਕਿਸਾ ਸੰਭਾਲ ਕੇ ਰੱਖੀ ਉਹ ਸਾਡਾ ਟੇਸਟ ਇਹਨੂੰ ਕਹਿੰਦੇ ਟੇਸਟ ਉਹ ਸੀ ਸਾਨੂੰ ਮਾਡਰਨਾਈਜ਼ ਚੀਜ਼ ਇੰਨੀ ਚੰਗੀ ਲੱਗਦੀ ਸਾਨੂੰ ਕੋਈ ਚੀਜ਼ ਪੁਰਾਣੀ ਮਿਲ ਜਾਵੇ ਵਿਰਾਸਤੀ ਚੀਜ਼ਾਂ ਵਧੀਆ ਲੱਗਦੀਆਂ ਹੁਣ ਮੈਨੂੰ ਕੋਈ ਜੇ ਕੋਈ ਪੁਰਾਣਾ ਆਪਣਾ ਫਰਨੀਚਰ ਵੇਚ ਰਿਹਾ ਹੋ ਜੇ ਬਹੁਤ ਪੁਰਾਣਾ ਜਿਹੜੇ ਹੁੰਦੇ ਨੇ ਕਾਰਵਡ ਜਿਹੜੇ ਹੁੰਦੇ ਮੈਂ ਉਹ ਲਵਾਂਗੀ ਮੈਂ ਕੋਈ ਨਵਾਂ ਨਹੀਂ ਲਵਾਂਗੀ ਅੱਛਾ ਉਹੀ ਪੁਰਾਣਾ ਤੁਸੀਂ ਰੱਖਦੇ ਹੋ ਇਹ ਤਾਂ ਬੜੀ ਚੰਗੀ ਚੀਜ਼ ਹੈ ਕਿ ਮੈਨੂੰ ਲੱਗਦਾ ਕਿ ਬੜੀਆਂ ਘੱਟ ਜਗ੍ਹਾ ਨੇ ਜਿੱਥੇ ਇਹੋ ਜਿਹੀਆਂ ਸਾਨੂੰ ਵਿਰਾਸਤੀ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਅੱਛਾ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਇੱਕ ਸਿਸਟਰ ਅਮਰੀਕਾ ਨੇ ਹਨਾ ਉਹ ਫਿਰ ਜਦੋਂ ਫੋਰਨਰ ਇੱਥੇ ਆਉਂਦੇ ਨੇ ਕੀ ਕੁਝ ਲਾਈਕ ਕਰਦੇ ਨੇ ਜ਼ਿਆਦਾ ਇੱਥੇ ਉਹ ਉਹਨਾਂ ਨੂੰ ਉਹ ਆਉਂਦੇ ਸੀ ਇਹਦੇ ਲਈ ਆਉਂਦੇ ਨੇ ਕਿ ਅਸੀਂ ਜਿਹੜੀ ਮੇਰੀ ਸਿਸਟਰ ਨੇ ਅਮਰੀਕਾ ਸ਼ੀ ਇਜ਼ ਫਸਟਲੀ ਅ ਯੋਗਾ ਐਕਸਪਰਟ ਟੀਚਰ ਔਰ ਐਂਡ ਵੈਲਨੈਸ ਟੀਚਰ ਉਹਨੂੰ ਕਹਿੰਦੇ ਵੈਲਨੈਸ ਇੰਸਟਰਕਟਰ ਤੇ ਅੱਜ ਕੱਲ੍ਹ ਤਾਂ ਨਹੀਂ ਇਟਸ ਕਨਸੈਪਟ ਆ ਗਿਆ ਨਾ ਐਵਰੀਬਡੀ ਆਪਣੀ ਸਿਹਤ ਲਈ ਆਪਣੀ ਵੈਲਬੀਇੰਗ ਲਈ ਤੇ ਵੈਲਨੈਸ ਰਿਟਰੀਟ ਕਰਨਾ ਚਾਹੁੰਦੇ ਨੇ ਨਾ ਤੇ ਮਾਈ ਸਿਸਟਰ ਉਹ ਇਸ ਚੀਜ਼ 'ਚ ਮਾਹਿਰ ਹੈਗੇ ਤੇ ਉਹ ਜਦੋਂ ਉਹਨਾਂ ਦੇ ਫਰੈਂਡਸ ਆਉਣਾ ਚਾਹੁੰਦੇ ਸੀ ਇੱਥੇ ਔਰ ਆ ਰਹੇ ਨੇ ਜਾਂ ਕੋਈ ਕਨੈਕਟ ਕੋਈ ਵੀ ਗੈਸਟ ਆ ਰਹੇ ਨੇ ਉਹ ਆਏ ਇਸ ਲਈ ਰਹੇ ਨੇ ਬਿਕੋਜ਼ ਉਹਨਾਂ ਨੂੰ ਪੰਜਾਬ ਦਾ ਫੀਲ ਚਾਹੀਦੀ ਹੈ ਪਿੰਡ ਦੀ ਫੀਲ ਚਾਹੀਦੀ ਹੈ ਉਹਨਾਂ ਨੂੰ ਦੇਖਣਾ ਹੈ ਕਿ ਪਿੰਡਾਂ 'ਚ ਰਹਿੰਦੇ ਕਿਸ ਤਰ੍ਹਾਂ ਉਹਨਾਂ ਨੂੰ ਫਰੈਸ਼ ਏਅਰ ਚਾਹੀਦੀ ਹੈ ਉਹਨਾਂ ਨੂੰ ਸ਼ਹਿਰਾਂ ਦੇ ਫਾਈਵ ਸਟਾਰ ਹੋਟਲ 'ਚ ਨਹੀਂ ਚਾਹੀਦਾ ਖਾਣਾ ਕਿਸ ਤਰ੍ਹਾਂ ਬਣਦਾ ਤਾਂ ਉਹ ਚੀਜ਼ ਜਿਹੜੀ ਤਾਜ਼ੀ ਚੀਜ਼ ਤੇ ਪਿੰਡਾਂ ਦਾ ਕਲਚਰ ਸੀਗਾ ਪੰਜਾਬ ਦਾ ਪਿੰਡਾਂ ਦਾ ਸੀਗਾ ਉਹ ਦੇਖਣਾ ਅੱਛਾ ਫਿਰ ਜਦੋਂ ਆਉਂਦੇ ਨੇ ਇੱਥੇ ਹੀ ਰਹਿੰਦੇ ਨੇ ਇੱਥੋਂ ਹੀ ਚਲੇ ਜਾਂਦੇ ਨੇ ਘੁੰਮਣ ਫਿਰਨ ਸ਼ਾਮ ਨੂੰ ਫੇਰ ਆ ਜਾਂਦੇ ਨੇ ਹਾਂਜੀ ਜਿਸਾ ਜਦੋਂ ਆਉਂਦੇ ਨੇ ਆ ਕੇ ਇੱਥੇ ਰਹਿੰਦੇ ਨੇ ਜੇ ਹਰਿਮੰਦਰ ਸਾਹਿਬ ਦੇਖਣਾ ਹੈ ਤੁਹਾਨੂੰ ਮੱਥਾ ਟੇਕਣਾ ਉੱਥੇ ਹੋ ਆਏ ਇੱਕ ਦਿਨ ਸਵੇਰੇ ਚੱਲ ਗਏ ਉੱਥੇ ਸਾਰੇ ਦਰਸ਼ਨ ਕਰ ਆਏ ਅਗਲੇ ਦਿਨ ਰਾਗਾ ਬਾਰਡਰ ਕਰ ਲਿਆ ਸ਼ੋਪਿੰਗ ਕਰ ਲਈ ਫਿਰ ਵਾਪਸ ਆ ਜਾਂਦੇ ਸੀ ਬੇਸਿਕਲੀ ਇੱਥੇ ਰਹੋ ਤੇ ਤੁਸੀਂ ਆਪਣੇ ਇੱਥੇ ਆਲੇ ਦੁਆਲੇ ਜਿਹੜੀ ਵੀ ਚੀਜ਼ਾਂ ਦੇਖਣ ਵਾਲੀਆਂ ਹੁਣ ਇੱਥੇ ਸਾਨੂੰ ਮੈਨੂੰ ਨਹੀਂ ਪਤਾ ਸੀ ਮੇਰੇ ਭੂਆ ਜੀ ਦੇ ਮੇਰੇ ਕਜ਼ਨ ਬ੍ਰਦਰ ਨੇ ਭੂਆ ਜੀ ਦੇ ਸਨ ਉਹਨਾਂ ਉਹ ਇੱਥੇ ਆਉਂਦੇ ਨੇ ਕਿਉਂਕਿ ਇੱਥੇ ਬਰਡ ਸੈਂਚੁਰੀ ਕਾਇਮ ਹੋਇਆ ਜਿਹੜੇ ਕਹਿੰਦੇ ਨੇ ਇਮੀਗ੍ਰੇਟਰੀ ਬਰਡ ਲਾ ਕੇ ਇੱਥੇ ਇੱਕ ਜਗ੍ਹਾ ਹੈ ਜੀ ਉੱਥੇ ਰਹਿੰਦੇ ਨੇ ਉੱਥੇ ਆ ਕੇ ਉੱਥੇ ਇਮੀਗ੍ਰੇਟਰੀ ਬਰਡਸ ਆਉਂਦੀਆਂ ਉਹਨਾਂ ਨੂੰ ਸ਼ੂਟ ਕਰਨ ਆਉਂਦੇ ਨੇ ਸ਼ੂਟ ਮਤਲਬ ਫੋਟੋਗ੍ਰਾਫੀ ਉਹ ਸਪੈਸ਼ਲ ਮੈਨੂੰ ਨਹੀਂ ਪਤਾ ਸੀ ਇਹੋ ਜਿਹੀ ਚੀਜ਼ ਇੱਥੇ ਆਏ ਦੁਆਲੇ ਅੱਛਾ ਇਹ ਜਿਵੇਂ ਤੁਸੀਂ ਪੀੜੇ ਰੱਖੇ ਹੋਏ ਨੇ ਹਨਾ ਪੀੜੀਆਂ ਰੱਖੀਆਂ ਨੇ ਇਹ ਸਾਰਿਆ ਕੁਛ ਮੈਨੂੰ ਲੱਗਦਾ ਕਿ ਜਦੋਂ ਜਿਹੜਾ ਬੰਦਾ ਫੋਰਨਰ ਹੁੰਦਾ ਉਹ ਤਾਂ ਇੱਥੇ ਬੈਠ ਕੇ ਖਾਣਾ ਵਗੈਰਾ ਖਾਂਦੇ ਹੋਣਗੇ ਗਰਮੀਆਂ 'ਚ ਦੇਖੋ ਸਰਦੀਆਂ 'ਚ ਤੇ ਅਸੀਂ ਇੱਥੇ ਹੀ ਹੁੰਦੇ ਅੱਛਾ ਦਿਨ ਵੇਲੇ ਇੱਥੇ ਵਿਹੜਾ ਧੁੱਪ ਹੁੰਦੀ ਹੈ ਇਹ ਝੜ ਜਾਂਦਾ ਸਰਦੀ ਬਹੁਤ ਚੰਗੀ ਚੀਜ਼ ਹੈ ਇਹ ਦਰਖਤ ਜਿਹੜਾ ਗਰਮੀਆਂ 'ਚ ਪੂਰੇ ਪੱਤੇ ਹੁੰਦੇ ਨੇ ਸਰਦੀਆਂ ਪੂਰਾ ਝੜ ਜਾਂਦਾ ਅੱਛਾ ਸਰਦੀਆਂ 'ਚ ਝੜ ਜਾਣਾ ਸਾਰਾ ਇਹਦੇ ਧੁੱਪ ਹੁੰਦੀ ਹੈ ਇੱਥੇ ਬਹਿੰਦੇ ਨੇ ਸਰ ਤੇ ਇੱਥੇ ਸ਼ਾਮੀ ਬੋਨਫਾਇਰ ਹੋ ਜਾਂਦਾ ਅੱਛਾ ਸ਼ਾਮ ਨੂੰ ਇੱਥੇ ਵੀ ਠੀਕ ਹੈ ਇਹ ਫਿਰ ਕਿੰਨੇ ਰੂਮ ਹੈਗੇ ਨੇ ਤੁਹਾਡੇ ਕੋਲ ਇੱਥੇ ਇੱਥੇ 4 ਬੈਡਰੂਮਸ ਅੱਛਾ 4 ਬੈਡਰੂਮਸ ਓਵਰ ਹੇਅਰ ਤੇ 4 ਹੀ ਤੁਹਾਡੇ ਪੀਪਲ ਹੈ ਰੋਟੀ ਪਾਣੀ ਉਹਨਾਂ ਦਾ ਸਾਰਾ ਕੁਝ ਫਿਰ ਤੁਸੀਂ ਪ੍ਰੋਵਾਈਡ ਕਰਵਾਉਂਦੇ ਹੋ ਹਾਂਜੀ ਬਿਲਕੁਲ ਕਿਚਨ ਹੈ ਅੱਛਾ ਇਹ ਕਿਚਨ ਵੀ ਬਣਾਈ ਹੈ ਜੇ ਕਿਸੇ ਨੇ ਆਪ ਬਣਾਉਣਾ ਆਪ ਵੀ ਬਣਾ ਲਿਆ ਆ ਕੇ ਇਸ ਤਰ੍ਹਾਂ ਬਣਾ ਲੇ ਦੈਟ ਇਜ਼ ਵੈਰੀ ਗੁੱਡ ਬਟ ਕਈ ਵਾਰੀ ਸ਼ੌਂਕ ਹੁੰਦਾ ਨਾ ਕਿਸੇ ਨੂੰ ਖੁਦ ਹੀ ਕੁਕਿੰਗ ਕਰਕੇ ਖਾਣ ਦਾ ਅੱਛਾ ਇੱਕ ਹੋਰ ਚੀਜ਼ ਮੈਂ ਬੜੀ ਵਧੀਆ ਲੱਗੀ ਕਿ ਤੁਸੀਂ ਦੱਸਿਆ ਕਿ ਇੱਥੇ ਕਾਫੀ ਜਿਹੜੇ ਨੇ ਕੰਮ ਵੀ ਕਰਦੇ ਨੇ ਉਹ ਸਾਰੇ ਫਿਰ ਪਿੰਡੋਂ ਹੀ ਨੇ ਪਿੰਡ ਦੇ ਸਾਡੇ ਪਿੰਡ ਸਾਰੇ
ਕਿੰਨੇ ਲੋਕਾਂ ਨੂੰ ਤੁਸੀਂ ਰੋਜ਼ਗਾਰ ਦਿੱਤਾ ਹੋਇਆ ਇੱਥੇ? ਦੇਖੋ ਜਿਹੜਾ ਤੁਸੀਂ ਬਿਟਵੀਨ ਪਿੱਪਲ ਹਵੇਲੀ ਤੇ ਕੋਠੀ ਐਟਲੀਸਟ ਹੋਣੇ 10 12 ਤੇ ਹੋਣਾ। ਅੱਛਾ 10 12 ਹੈਗੇ ਨੇ। ਹਾਂ ਬਿਲਕੁਲ। ਉਹ ਫਿਰ ਇੱਥੇ ਹੀ ਰਹਿੰਦੇ ਨੇ ਕੁਝ ਤਾਂ? ਪਿੰਡ ਦੇ ਹੀ ਨੇ। ਅੱਛਾ ਪਿੰਡ ਦੇ ਹੀ ਨੇ। ਆਪਣੇ ਘਰ ਚਲ ਜਾਂਦੇ ਨੇ ਸਵੇਰੇ, ਕਹਿੰਦੇ ਰੂਟੀਨ ਦੀ ਇੱਕ ਰੂਟੀਨ ਬਣੀ ਹੈ, ਸਵੇਰੇ ਆ ਗਏ ਜਿਹੜਾ ਨਾ ਆਪਣੇ ਕੰਮ ਕੀਤਾ ਤੇ ਸ਼ਾਮੀ ਘਰ ਚਲ ਗਏ। ਟੂਰਿਜ਼ਮ ਦੇ ਤੌਰ ਤੇ ਤੁਸੀਂ ਕਦੋਂ ਸ਼ੁਰੂ ਕੀਤਾ ਸੀਗਾ ਹਵੇਲੀ ਨੂੰ? ਟੂਰਿਜ਼ਮ ਦੇ ਤੌਰ ਤੇ ਅਬਾਊਟ ਹੋ ਗਏ 14-15 ਸਾਲ। ਅੱਛਾ। ਉਸ ਤੋਂ ਬਾਅਦ ਲਗਾਤਾਰ ਤੁਸੀਂ? ਅੱਛਾ, ਫਿਰ ਜਿਵੇਂ ਇਹ ਅਵਾਰਡ ਦੀ ਗੱਲ ਆਈ, ਇਹ ਫਿਰ ਤੁਸੀਂ ਅਪਲਾਈ ਕੀਤਾ, ਕਿਵੇਂ ਇਹ ਪ੍ਰੋਸੈਸ ਚੱਲਿਆ ਸਾਰਾ? ਇਹ ਪ੍ਰੋਸੈਸ ਅਗੇਨ ਲਾਈਕ ਆਈ ਸੈਡ ਕਿ ਗੁਰਮੀਤ ਦਾ ਬੜਾ ਹੱਥ ਹੈ ਤੇ ਇਹ ਗੱਲ ਹੋਈ ਜਿਹੜਾ ਡੀਸੀ ਸਾਹਿਬ ਨਾਲ। ਅੱਛਾ। ਉਹਨਾਂ ਨੇ ਇਹਨਾਂ ਦਾ ਕੋਈ ਕੰਪੀਟੀਸ਼ਨ ਹੋਇਆ ਕੋਈ, ਉਹਨਾਂ ਨੇ ਅਪਲਾਈ ਕੀਤਾ ਹੋਣਾ ਕਿ ਟੂਰਿਜ਼ਮ ਲਈ। ਹਾਂ। ਤੇ ਬੇਸਿਕਲੀ ਜਿਹੜਾ ਟੂਰਿਜ਼ਮ ਦਾ ਮਤਲਬ ਸਿਰਫ ਘਰ ਦੇ ਦੀਵਾਰਾਂ ਨਹੀਂ ਹੈ। ਹਾਂ। ਟੂਰਿਜ਼ਮ ਅਵਾਰਡ ਜਿਹੜਾ ਮਿਲਿਆ ਹੈ ਇਟ ਇਜ਼ ਆਲਸੋ ਕਿ ਪਿੰਡ ਵਿੱਚ, ਪਿੰਡ ਦੇ ਜਿਹੜੇ ਪਿੰਡ ਹੈ ਸਾਡਾ, ਕੁੜੀਆਂ ਮੁੰਡੇ ਉਹਨਾਂ ਦਾ, ਉਹਨਾਂ ਲਈ ਅਸੀਂ ਕੀ ਕੀਤਾ ਤੇ ਉਹਨਾਂ ਦਾ ਕਿੰਨਾ ਇਨਵੋਲਵਮੈਂਟ ਹੈ। ਸਾਨੂੰ ਅਵਾਰਡ ਸਿਰਫ ਘਰ ਲਈ ਨਹੀਂ ਮਿਲਿਆ, ਉਹ ਐਂਗਲ ਜਿਹੜਾ ਹੈਗਾ ਕਿ ਪਿੰਡ ਦੀ ਕੁੜੀਆਂ ਨੇ, ਜਿਹੜੇ ਸੈਲਫ ਹੈਲਪ ਗਰੁੱਪ ਚੱਲ ਰਿਹਾ, ਇੱਕ ਪਾਸੇ ਮੇਰਾ ਫਾਰਮ ਚੱਲ ਰਿਹਾ, ਇੱਕ ਪਾਸੇ ਮੇਰੀ ਸਿਸਟਰ ਦਾ ਫਾਰਮ ਚੱਲ ਰਿਹਾ, ਕਿ ਸਾਰੇ ਪਿੰਡ ਦੇ ਲੋਕ ਇਨਵੋਲਵਡ ਨੇ ਤੇ ਡੀ ਸੀ ਸਾਹਿਬ ਦਾ ਬੜਾ ਹੈਲਪ ਰਹੀ ਸਾਡੇ ਨਾਲ ਤੇ ਉਹਨਾਂ ਦੇ ਡਿਪਾਰਟਮੈਂਟ ਦੇ। ਸੈਲਫ ਹੈਲਪ ਗਰੁੱਪ ਚੜ੍ਹਦਾ ਕੁੜੀਆਂ ਇੱਥੇ, 5 ਸੈਲਫ ਹੈਲਪ ਗਰੁੱਪ 5 ਹੁੰਦੀਆਂ ਉਹਦੇ, 35-40 ਕੁੜੀਆਂ ਜਿਹੜੀਆਂ ਜੁੜੀਆਂ ਹੋਈਆਂ ਸੈਲਫ ਹੈਲਪ ਗਰੁੱਪ 'ਚ, ਇਹ ਸਾਰੇ ਐਂਗਲ ਮਿਲਾ ਕੇ ਸਾਨੂੰ ਸਾਰਾ ਓਵਰਆਲ ਦੇਖਿਆ ਉਹਨਾਂ ਨੇ, ਸਾਰਾ ਕੁਝ, ਸਾਰਾ ਕੁਝ ਓਵਰਆਲ, ਨਾਟ ਜਸਟ ਘਰ। ਅੱਛਾ। ਤੇ ਫਿਰ ਕੀ ਕੁਝ ਕਰ, ਜੈਸਾ ਕਿ ਦੇਖੋ ਤੁਸੀਂ ਜਿਹੜਾ ਸਾਡਾ ਕਨਾਲ ਹੈ, ਕਨਾਲ ਦੇ ਬਿਲਕੁਲ ਉੱਪਰ ਹੈ, ਲੋਕੇਸ਼ਨ ਦੇਖੋ। ਫਿਰ ਇਹ ਤੇ ਪਿੰਡ ਦਾ ਓਰਿਜਨੈਲਿਟੀ ਹੈ, ਕੋਈ ਸ਼ਹਿਰ ਨਹੀਂ ਬਣ ਗਿਆ। ਬਾਕੀ ਇਹ ਸਕੂਨ ਜਿਹਾ ਆਉਂਦਾ ਹਨਾ। ਹੁਣ ਫਿਰ ਤੁਸੀਂ ਜਾਂਦੇ ਹੋ ਦਿੱਲੀ ਵੀ ਹੁਣ ਕਿ ਜਾਂ ਇੱਥੇ ਨਹੀਂ ਜਿਆਦਾ? ਮੈਂ ਜ਼ਿਆਦਾ ਇੱਥੇ ਹੀ ਹੁੰਦੀ ਹਾਂ, ਹਫ਼ਤੇ 4 ਕੁ ਦਿਨ, 3-4 ਦਿਨ ਇੱਥੇ ਹੁੰਦੀ ਹਾਂ, ਕਦੇ 3 ਦਿਨ ਇੱਥੇ, 4 ਦਿਨ ਉੱਥੇ, ਪਰ ਮੈਂ ਹਰ ਵੀਕਐਂਡ ਇੱਥੇ ਹੁੰਦੀ। ਬੜੇ ਸਾਲ ਲਾਏ ਤੁਸੀਂ ਵੀ ਦਿੱਲੀ ਦੇ ਵਿੱਚ, ਕੀ ਲੱਗਦਾ ਹੁਣ ਜਦੋਂ ਇੱਥੇ ਜ਼ਿਆਦਾ ਟਾਈਮ ਸਪੈਂਡ ਕਰਦੇ ਹੋ? ਬਹੁਤ ਚੰਗਾ ਲੱਗਦਾ, ਮੈਂ ਜਾਣ ਨੂੰ ਦਿੱਲੀ ਕਰਦਾ। ਅੱਛਾ, ਸਕੂਨ ਇੱਥੇ ਮਿਲਦਾ। ਅੱਛਾ, ਮੈਨੂੰ ਯਾਦ ਆ ਗਿਆ ਜਦੋਂ ਮੈਂ ਹਵੇਲੀ 'ਚ ਐਂਟਰੀ ਹੋਇਆ ਤਾਂ ਲੋਕੇਸ਼ਨ ਦੇਖ ਕੇ, ਕਿ ਜਦੋਂ ਸੰਨੀ ਦਿਓਲ ਹੋਣਾ ਦੀ ਇਲੈਕਸ਼ਨ ਸੀਗੀ, ਮੈਨੂੰ ਲੱਗਦਾ ਉਹ ਵੀ ਇਸੇ ਹਵੇਲੀ 'ਚ ਹੀ ਰਹੇ ਸੀਗੇ। ਹਾਂਜੀ ਹਾਂਜੀ। ਕਿੰਨਾ ਟਾਈਮ ਰਹੇ ਫਿਰ ਉਹ ਇੱਥੇ? ਮਹੀਨਾ ਕੁ ਤੇ ਰਹੇ। ਅੱਛਾ, ਮਹੀਨਾ ਕੁ ਇੱਥੇ ਹੀ ਰਹੇ ਉਹ ਫਿਰ। ਹਾਂ। ਅੱਛਾ, ਫਿਰ ਜਿਵੇਂ ਇੱਕ ਤਾਂ ਫੋਰਨਰ ਹੋ ਗਏ ਹਨਾ, ਜਿਹੜੇ ਪਿੰਡ ਪੁੰਡ ਦੇਖਣਾ ਚਾਹੁੰਦੇ ਨੇ ਜ਼ਿਆਦਾ, ਹੋਰ ਉਸ ਤੋਂ ਇਲਾਵਾ ਦੂਜੀਆਂ ਸਟੇਟਾਂ ਦੇ ਲੋਕ ਆ ਜਾਂਦੇ ਨੇ? ਹਾਂ, ਉਹ ਹੁਣ ਜਦ ਕੋਵਿਡ ਦੇ ਬਾਅਦ ਥੋੜਾ ਫੋਰਨਰ ਟ੍ਰੈਵਲ ਘੱਟ ਹੋ ਗਿਆ ਸੀਗਾ। ਹਾਂ। ਤੇ ਪਰ ਵਰਕ ਫਰਮ ਹੋਮ ਕਨਸੈਪਟ ਸ਼ੁਰੂ ਹੋ ਗਿਆ। ਹਾਂ। ਜਦੋਂ ਵਰਕ ਫਰਮ ਹੋਮ ਕਨਸੈਪਟ ਸ਼ੁਰੂ ਹੋਇਆ ਤੇ ਲੋਕੀ ਆਪਣੇ ਘਰਾਂ 'ਚ ਬਹਿਣਾ ਚਾਹੁੰਦੇ, ਉਹ ਚਾਹੁੰਦੇ ਕਿਤੇ ਰਿਮੋਟ ਏਰੀਆ ਜਾ ਕੇ, ਉੱਥੇ ਕਿ ਪਿੰਡ ਵਿੱਚ ਜਾਂ ਕਿਸੇ ਹਿਲ ਸਟੇਸ਼ਨ ਵਿੱਚ ਜਾਂ ਕਿਤੇ ਉੱਥੇ ਰਹੀਏ। ਤੇ ਫਿਰ ਉਸ ਟਾਈਮ ਫਿਰ ਸਾਡੇ ਸਾਊਥ ਤੋਂ ਤੇ ਬੜੇ ਆਉਂਦੇ ਨੇ, ਕੈਲਕਟਾ ਵੱਲੋਂ ਆਉਂਦੇ ਨੇ, ਬਾਕੀ ਸਟੇਟ ਦੇ ਬਹੁਤ। ਜਿਵੇਂ ਤੁਸੀਂ ਇਹ ਸੰਭਾਲ ਲਿਆ ਸਾਰਾ ਕੁਛ ਹਨਾ ਹਵੇਲੀਆਂ ਨੂੰ, ਇੱਕ ਪਿੱਛੇ ਵੀ ਤੁਹਾਡੇ ਹਵੇਲੀ ਨਜ਼ਰ ਆ ਰਹੀ ਹੈ, ਅੱਗੇ ਕੀ ਕਰਨਾ ਚਾਹੁੰਦੇ ਹੋ ਹੋਰ ਇਸ ਨੂੰ ਅੱਗੇ? ਜਿਵੇਂ ਪੁਰਾਣੀਆਂ ਹੈਗੀਆਂ ਨੇ ਉਹਨਾਂ ਨੂੰ ਨਾਲ, ਜਿਵੇਂ ਪਿੱਛੇ ਤੁਹਾਡੇ ਹਵੇਲੀ ਹੈ ਉਹਨੂੰ ਵੀ ਐਵੇਂ ਬਣਾਉਣਾ ਚਾਹੁੰਦੇ ਹੋ? ਦੇਖੋ ਜਿਹੜੇ ਮੇਰੇ ਪਿੱਛੇ ਉਹ ਮੇਰੇ ਮੇਰੇ ਬ੍ਰਦਰ ਦੀ ਹੈ, ਮੇਰੇ ਫਸਟ ਕਜ਼ਨ, ਉਹ ਤੇ ਉਹਨਾਂ ਤੇ ਡਿਪੈਂਡ ਕਰਦਾ, ਵੀ ਆਰ ਨਾਟ, ਦੈਟਸ ਨਾਟ ਆਸ। ਹਾਂ। ਤੇ ਉਹ ਤੇ ਉਹਨਾਂ ਤੇ ਡਿਪੈਂਡ ਕਰਦਾ ਉਹਨਾਂ ਨੇ ਕੀ ਕਰਨਾ ਕਿਸੇ ਹੋਰ ਦੇ। ਜਿਵੇਂ ਅਸੀਂ ਦੇਖਦੇ ਹਾਂ ਕਿ ਬੱਚਿਆਂ ਨੂੰ ਵੀ ਕਿੰਨੇ ਕੀ ਆਪਣਾ ਜਿਹੜਾ ਕਲਚਰ ਸੀਗਾ ਅੱਜ ਤੋਂ ਕੋਈ 25-30 ਸਾਲ ਪਹਿਲਾਂ, ਜਿਵੇਂ ਆਪਣੇ ਬਜ਼ੁਰਗ ਰਹਿੰਦੇ ਸੀਗੇ ਜਾਂ ਉਹ ਕਲਚਰ ਸੀਗਾ, ਕਹਿੰਦੇ ਬੱਚਿਆਂ ਨੂੰ ਜੋੜਿਆ ਜਾਵੇ ਉਹਦੇ ਨਾਲ, ਉਹਨੂੰ ਜੋੜਨ ਦੇ ਲਈ ਤੁਸੀਂ ਕਿਵੇਂ ਦੇਖਦੇ ਹੋ ਕਿ ਇਹੀ ਕਨਸੈਪਟ ਵਧੀਆ? ਨਹੀਂ, ਹੁਣ ਦੇਖੋ ਜੋੜਨ ਦੀ ਗੱਲ ਕਰ ਰਹੇ ਹਾਂ, ਅਸੀਂ ਕਿਸਾਂ ਜੁੜੇ ਅਸੀਂ ਜੁੜੇ ਬਿਕੋਜ਼ ਆਫ ਆਵਰ ਪੇਰੈਂਟਸ। ਬਿਲਕੁਲ, ਠੀਕ ਹੈ ਜੀ। ਉਹਨਾਂ ਨੇ, ਅਸੀਂ ਗਰਮੀਆਂ ਸਰਦੀਆਂ ਛੁੱਟੀਆਂ ਇੱਥੇ ਹੀ ਆਉਂਦੇ ਸੀ ਜੀ, ਅਸੀਂ ਉਸ ਤੋਂ ਜੁੜੇ, ਫਿਰ ਉਹੀ ਕਨਸੈਪਟ ਅਸੀਂ ਆਪਣੇ ਬੱਚਿਆਂ ਨੇ ਕੀਤਾ। ਹੁਣ ਮੇਰੇ ਬੱਚੇ, ਮੇਰੇ ਸਿਸਟਰਸ ਦੇ ਬੱਚੇ, ਅਸੀਂ ਆਪਣੀ, ਅਸੀਂ ਤੇ ਬਿਜ਼ੀ ਹੋ ਗਏ ਆਪਣੇ ਪ੍ਰੋਫੈਸ਼ਨ 'ਚ। ਬਿਲਕੁਲ, ਕੋਈ ਕੰਮ, ਕੋਈ ਚੀਜ਼, ਅਸੀਂ ਅੱਡ ਅੱਡ ਨੌਕਰੀਆਂ 'ਚ, ਪਰ ਮੇਰੇ ਬੱਚਿਆਂ ਦੀਆਂ ਛੁੱਟੀਆਂ ਤਾਂ ਉਹੀ ਹੁੰਦੀਆਂ 2 ਮਹੀਨੇ, ਸਰਦੀਆਂ ਗਰਮੀਆਂ ਛੁੱਟੀਆਂ, ਮੈਂ ਅਸੀਂ ਆਪਣੇ ਬੱਚਿਆਂ ਨੂੰ ਭੇਜਣਾ ਸ਼ੁਰੂ ਕਰਤਾ। ਹੁਣ ਇਹ ਪਿੰਡ ਦਾ ਮੇਰੀ ਕੁੜੀਆਂ ਨੂੰ ਜ਼ਿਆਦਾ ਪਤਾ, ਮੈਨੂੰ ਘੱਟ ਪਤਾ। ਅੱਛਾ, ਬੱਚਿਆਂ ਦਾ ਜ਼ਿਆਦਾ ਜੀ ਇੱਥੇ ਲੱਗਦਾ? ਬਿਲਕੁਲ, ਉਹ ਹੁਣ ਮੈਂ, ਮੇਰੀ ਡਾਟਰ ਹੈ ਉਹ ਕਹਿੰਦੀ ਬੰਬੇ ਰਹਿੰਦੀ ਹੈ, ਸ਼ੀ ਇਜ਼ ਵਰਕਿੰਗ ਓਵਰ ਦੇਅਰ, ਉਹ ਕਹਿੰਦੀ ਮੈਂ ਤੇ ਆ ਕੇ ਗੋਟ ਫਾਰਮ ਹੀ ਸੰਭਾਲਣਾ, ਮੈਨੂੰ ਨਹੀਂ ਇੱਥੇ ਉੱਥੇ ਜਾਣਾ, ਕਹਿੰਦੀ ਮੈਂ 2 ਸਾਲ ਨੌਕਰੀ ਕਰਨੀ, ਉਹਦੇ ਬਾਅਦ ਮੈਂ ਆ ਕੇ ਗੋਲਡ ਫਾਰਮ ਸੰਭਾਲਣਾ। ਤੇ ਮੇਰੀ ਵੱਡੀ ਬੈਂਗਲੋਰ ਹੈ, ਉਹ ਉੱਥੋਂ ਬਹਿ ਕੇ ਮੈਨੂੰ ਕਹਿੰਦੀ, ਕਿਉਂਕਿ ਉਹਦੇ ਸ਼ੀ ਇਜ਼ ਔਨ, ਸ਼ੀ ਇਜ਼ ਇਨ ਟੂ ਲੋਟ ਆਫ, ਯੂ ਕੈਨ ਸੇ ਸ਼ੀ ਹੈਜ਼ ਲੋਟ ਆਫ ਫਰੈਂਡਸ ਜਿਹੜੇ ਉਹ ਏਜੰਸੀਜ਼ ਚਲਾਉਂਦੇ ਨੇ ਜਿੱਥੇ ਉਹ
होम स्टे शुरू कर देने, साउथ विच बहुत है ना साउथ होम स्टे, ठीक है ना, तो उन्होंने एक दो फ्रेंड्स ने जिहड़ा दी एजेंसी यही है होम स्टेज दी बुकिंग करना, उन्होंने अपग्रेड करना, वो कहंदी मैं तुहानू उन्हां नाल जोड़ांगी तुसीं होर वधाओ, मैं कहा ठीक है दे ओ। सो दोनों कुड मेरी बेटियां इत्थे जुड़ियां हुई हैं, तो वो भी सर गर्मियां च वो भी छुट्टियां च इत्थे आंदी है। अच्छा रहना सुकून इत्थे ही। अच्छा अखीर दे विच मैं चाहुंदा कि तुसीं दस दो जे किसी ने बुक करवाउणा होए हवेली दे विच रहना होए तां की प्रोसैस रहिंदा सारा। देखो ऑनलाइन है जी, उत्थे नंबर है मेरी मदर दा भी मेरी सिस्टर दा भी, ठीक है। पिपल हवेली दा टू वेबसाइट्स, एक है द कोठी गुरदासपुर, एक है द पिपल हवेली, ठीक है, अपने आप ही आ जाता है, ठीक है। उत्थे फोन नंबर है, कॉन्टैक्ट नंबर है, उत्थे फोन करके कोई भी बुक करवा सकता, कोई भी बुक कर सकता। ठीक है मैम, बहुत बहुत धन्यवाद गलबात करने के लिए। सो ये वाकई विरासती हवेलियां ने जिहड़ी विरासत कहिंदे ने कि खत्म होंदी जांदी है उसनू संभन की लोड़ हैगी है, तो अजिहियां हवेलियां और जिहड़ा कल्चर सीगा पुराना इत्थे आके तुहानू याद आएगा, क्योंकि 150 साल पहला जिवें दी हवेली ये बनी सीगी अज भी उवें ही इन्होंने सामभ के रखी है। लोड़ है बच्चों भी कल्चर दे नाल जोड़िया जाए, विरसा जिहड़ा वो संभालिया जाए, तो ही आने वाली पीढ़ी नू विरासत का पता लग सकेगा। कैमरामैन मोनू दे नाल मनप्रीत सिंह कालू, जगबाणी टीवी गुरदासपुर।